ਬਸ ਸੁਬਹਾ ਜਦੋਂ ਉੱਠੀ ਉਦੋਂ ਆਵਾਜ਼ ਨਹੀਂ ਸੀ। ਇਹ ਆਵਾਜ਼ ਬੰਦ ਹੋਈ ਤੇ ਪਰਿਵਾਰ ਬੜਾ ਸਦਮੇ ਵਿੱਚ ਪਹੁੰਚਿਆ। ਇੱਕ ਨੌਜਵਾਨ ਬੱਚੀ ਜਿਹਦੇ ਨਾਲ ਪਹਿਲਾਂ ਇਸ ਤਰ੍ਹਾਂ ਦੀ ਕਦੇ ਕੋਈ ਤਕਲੀਫ ਨਹੀਂ ਸੀ, ਅਚਾਨਕ ਆਵਾਜ਼ ਦਾ ਬੰਦ ਹੋ ਜਾਣਾ ਬਹੁਤ ਵੱਡੀ ਗੱਲ ਸੀ। ਆਪਣੇ ਵੱਲੋਂ ਬੋਲਣ ਦਾ ਯਤਨ ਕਰਦੀ ਪਰ ਆਵਾਜ਼ ਨਹੀਂ ਸੀ ਨਿਕਲਦੀ। ਇਹਨਾਂ ਨੇ ਉਸੇ ਸਮੇਂ ਡਾਕਟਰਾਂ ਕੋਲ ਜਾਣਾ ਸ਼ੁਰੂ ਕੀਤਾ। ਜਿੱਥੋਂ ਜਿੱਥੋਂ ਤੱਕ ਬਾਅਦ ਚੱਲੀ ਚਾਹੇ ਉਹ ਲੁਧਿਆਣੇ ਗਏ, ਪਟਿਆਲੇ, ਚੰਡੀਗੜ੍ਹ ਗਏ। ਇਹਨਾਂ ਨੇ ਆਪਣੇ ਵੱਲੋਂ ਪੂਰਾ ਯਤਨ ਕੀਤਾ ਪਰ ਡਾਕਟਰਾਂ ਨੇ ਹੌਸਲਾ ਦਿੱਤਾ ਪਰ ਚਲੋ ਜਿਹੜੀ ਆਵਾਜ਼ ਅਨੇਕਾਂ ਯਤਨ ਕਰਨ ਦੇ ਨਾਲ ਇਹ ਆ ਨਾ ਸਕੀ। ਅਚਾਨਕ ਇਹਨਾਂ ਨੇ ਸੁਣਿਆ ਸੀ, ਕਿਉਂਕਿ ਅਸਲ ਸੋਸ਼ਲ ਮੀਡੀਆ 'ਤੇ ਗੱਲਾਂ ਚੱਲਦੀਆਂ ਵੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਇੱਥੋਂ ਬਹੁਤ ਐਸੇ ਜੋ ਮਰੀਜ਼ ਹਨ ਠੀਕ ਹੋਏ ਹਨ। ਅਤੇ ਇਹ ਪਰਿਵਾਰ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਿਆ ਲੈਣ ਵਿੱਚ ਲੱਗ ਕੇ ਮੱਥਾ ਟੇਕਣ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸਾਰੇ ਪਰਿਵਾਰ ਨੇ ਅਰਦਾਸ ਕੀਤੀ ਬੱਚੀ ਸਮੇਤ। ਔਰ ਮਹਾਰਾਜ ਜੀ ਦੀ ਐਸੀ ਕਲਾ ਵਾਪਰੀ, ਉਹ ਅਰਦਾਸ ਕਰਨ ਤੋਂ ਬਾਅਦ ਕੜਾ ਪ੍ਰਸਾਦ ਦੀਆਂ ਦੇਗਾਂ ਤੋਂ ਉਪਰੰਤ ਜਦੋਂ ਗੇਟ ਤੋਂ ਬਾਹਰ ਨਿਕਲੀ ਤਾਂ ਬੱਚੀ ਦੀ ਆਵਾਜ਼ ਵਾਪਸ ਆਈ ਅਤੇ ਬੱਚੀ ਬੋਲਣ ਲੱਗ ਪਈ। ਆ ਵਾਹਿਗੁਰੂ ਦਾ ਚਮਤਕਾਰ ਨਹੀਂ ਤਾਂ ਹੋਰ ਕੀ ਹੈ। ਇੱਕ ਕੁੜੀ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੱਲ ਦੇ ਵਿੱਚ ਸਰੂਪਾ ਪਾਇਆ ਹੋਇਆ ਹੈ, ਇਸ ਕੁੜੀ ਦੀ ਆਵਾਜ਼ ਚਲੀ ਗਈ ਸੀ। ਕਈ ਚਿਰ ਤੋਂ ਪਰਿਵਾਰ ਪਰੇਸ਼ਾਨ ਸੀ, ਥਾਂ ਥਾਂ 'ਤੇ ਮੱਥੇ ਟਿਕਾਲੇ, ਦਰ ਦਰ ਦੀਆਂ ਠੋਕਰਾਂ ਖਾ ਲੀਆਂ, ਸਾਰੇ ਡਾਕਟਰਾਂ ਨੂੰ ਦਿਖਾ ਲਿਆ ਪਰ ਕੁੜੀ ਦੀ ਆਵਾਜ਼ ਵਾਪਸ ਨਹੀਂ ਆਈ। ਅੰਤ ਦੇ ਵਿੱਚ ਪਰਿਵਾਰ ਨੇ ਦਰਬਾਰ ਸਾਹਿਬ ਜਾਣ ਦਾ ਫੈਸਲਾ ਕੀਤਾ। ਪਰਿਵਾਰ ਦਰਬਾਰ ਸਾਹਿਬ ਗਿਆ, ਦਰਬਾਰ ਸਾਹਿਬ ਜਾ ਕੇ ਅਰਦਾਸ ਕਰਾਈ। ਜਿਵੇਂ ਹੀ ਅਰਦਾਸ ਖਤਮ ਹੁੰਦੀ ਹੈ ਕੁੜੀ ਦੇ ਵੱਲੋਂ ਜਕਾਰਾ ਛੱਡਿਆ ਗਿਆ, ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੀ ਦੌੜ ਗਈ। ਕਿਉਂਕਿ ਕਿੰਨੇ ਚਿਰ ਤੋਂ ਪਰਿਵਾਰ ਪਰੇਸ਼ਾਨ ਸੀ ਕਿ ਉਹਨਾਂ ਦੀ ਧੀ ਦੀ ਆਵਾਜ਼ ਚਲੀ ਗਈ ਹੈ, ਉਹਨਾਂ ਦੀ ਧੀ ਦੇ ਨਾਲ ਹੁਣ ਵਿਆਹ ਕੌਣ ਕਰਵਾਏਗਾ, ਧੀ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰੂਗੀ। ਕੁੜੀ ਵੀ ਮਾੜੀ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਗਈ ਸੀ, ਜਿਸ ਤੋਂ ਬਾਅਦ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀਆਂ ਦੇਖਣੀਆਂ ਪਈਆਂ। ਥਾਂ ਥਾਂ ਦੀਆਂ ਠੋਕਰਾਂ ਖਾਣੀਆਂ ਪਈਆਂ, ਕਦੇ ਪੰਜਾਬ ਗਏ, ਪੰਜਾਬ ਤੋਂ ਬਾਹਰ ਜਾ ਕੇ ਵੀ ਇਲਾਜ ਕਰਾਇਆ ਪਰ ਕੁੜੀ ਨੂੰ ਫਰਕ ਨਹੀਂ ਪਿਆ। ਤਾਂ ਜਿਵੇਂ ਹੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਕੁੜੀ ਦੀ ਆਵਾਜ਼ ਵਾਪਸ ਆ ਗਈ ਅਤੇ ਪਰਿਵਾਰ ਦੇ ਨਾਲ ਚਮਤਕਾਰ ਹੋ ਗਿਆ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਸੱਚੇ ਪਿਤਾ ਵਾਹਿਗੁਰੂ ਦੇ ਵੱਲੋਂ ਇਸ ਕੁੜੀ 'ਤੇ ਦਾਤ ਬਖਸ਼ੀ ਗਈ ਹੈ। ਦਰਅਸਲ ਤੁਹਾਨੂੰ ਦੱਸਦੇ ਹਾਂ ਕਿ ਇਹ ਮਾਮਲਾ ਮਲੇਰਕੋਟਲਾ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੀ ਰਹਿਣ ਵਾਲੀ ਇਹ ਕੁੜੀ ਜਿਸ ਦੀ ਬੀਤੀ ਫਰਵਰੀ ਦੇ ਵਿੱਚ ਸੁੱਤਿਆਂ ਹੀ ਆਵਾਜ਼ ਚਲੀ ਗਈ ਸੀ। ਜਿਵੇਂ ਉਹ ਸਵੇਰੇ ਉੱਠਦੀ ਹੈ ਅਤੇ ਉਹ ਦੇਖਦੀ ਹੈ ਕਿ ਉਸਦੇ ਕੋਲੋਂ ਬੋਲਿਆ ਵੀ ਨਹੀਂ ਜਾ ਰਿਹਾ। ਕੁੜੀ ਬੋਲਣ ਦੀ ਬਹੁਤ ਕੋਸ਼ਿਸ਼ ਕਰਦੀ ਸੀ ਪਰ ਕੁੜੀ ਦੇ ਮੂੰਹ 'ਚੋਂ ਇੱਕ ਸ਼ਬਦ ਨਹੀਂ ਸੀ ਨਿਕਲਦਾ, ਜਿਸ ਤੋਂ ਬਾਅਦ ਮਾਪੇ ਪਰੇਸ਼ਾਨ ਹੋਏ, ਪੂਰਾ ਪਰਿਵਾਰ ਪਰੇਸ਼ਾਨ ਸੀ। ਮੁਹੱਲੇ ਵਾਲਿਆਂ ਦੇ ਵੱਲੋਂ ਵੀ ਅੱਡ ਅੱਡ ਜਗ੍ਹਾ 'ਤੇ ਪਰਿਵਾਰ ਨੂੰ ਭੇਜਿਆ ਗਿਆ, ਮੱਥੇ ਟਿਕਾਏ ਗਏ, ਪੂਜਾ ਪਾਠ ਕਰਵਾਇਆ ਗਿਆ ਪਰ ਅੰਤ ਬਖਸ਼ਿਸ਼ ਸ਼੍ਰੀ ਦਰਬਾਰ ਸਾਹਿਬ ਤੋਂ ਹੋਈ ਇਸ ਕੁੜੀ ਨੂੰ, ਜਿਸ ਤੋਂ ਬਾਅਦ ਅੱਜ ਲੋਕਲ ਗੁਰਦੁਆਰੇ ਦੇ ਵਿੱਚ ਇਸ ਦਾ ਸਨਮਾਨ ਕੀਤਾ ਗਿਆ, ਵਾਹਿਗੁਰੂ ਅੱਗੇ ਮੁੜ ਤੋਂ ਅਰਦਾਸ ਕਰਾਈ ਗਈ। ਤਾਂ ਦੱਸ ਦਈਏ ਕਿ ਕੁੜੀ ਦੇ ਪਰਿਵਾਰ ਦਾ ਹੌਸਲਾ ਟੁੱਟ ਗਿਆ ਸੀ ਪਰ ਹੁਣ ਕੁੜੀ ਦਾ ਪਰਿਵਾਰ ਬੇਹੱਦ ਖੁਸ਼ ਹੈ। ਆਓ, ਕੁੜੀ ਬੋਲ ਰਹੀ ਹੈ, ਤੁਹਾਨੂੰ ਸੁਣਾਉਣੇ। ਵਾਹਿਗੁਰੂ ਦਾ ਸ਼ੁਕਰ, ਕੁਛ ਵੀ ਨਹੀਂ, ਬਸ ਸੁਬਹਾ ਜਦੋਂ ਉੱਠੀ ਉਦੋਂ ਆਵਾਜ਼ ਨਹੀਂ ਸੀ।
14 ਫਰਵਰੀ ਤੋਂ ਲੈ ਕੇ ਹੁਣ ਤੱਕ 24 ਤਰੀਕ ਤੱਕ ਡਾਕਟਰਾਂ ਕੋਲ ਬਹੁਤ ਹਾਂਜੀ ਕੋਈ ਇਕੱਠ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਵੀ ਟੈਨਸ਼ਨ ਕਰਕੇ ਆਵਾਜ਼ ਬੰਦ ਆ ਕੋਈ ਕੁਛ ਕਰਦਾ ਅਚਾਨਕ ਕੀ ਹੋਇਆ 14 ਫਰਵਰੀ ਵਾਲੇ ਦਿਨ 2024 14 ਫਰਵਰੀ ਸਾਡੀ ਨੌਜਵਾਨ ਧੀ ਬੇਟੀ ਲਵਪ੍ਰੀਤ ਕੌਰ ਜੋ ਕਿ BSC ਨਰਸਿੰਗ ਦੀ ਪੜ੍ਹਾਈ ਜਿਸ ਨੇ ਕੀਤੀ ਹੋਈ ਹੈ ਜਦੋਂ ਸਵੇਰ ਦੇ ਸਮੇਂ ਉੱਠੀ ਤਾਂ ਇਹਦੀ ਅਚਾਨਕ ਆਵਾਜ਼ ਬੰਦ ਹੋ ਗਈ ਪੰਜਾਬ ਪਰਿਵਾਰ ਦੇ ਦੱਸਣ ਅਨੁਸਾਰ ਇਹ ਆਵਾਜ਼ ਬੰਦ ਹੋਈ ਅਤੇ ਪਰਿਵਾਰ ਬੜਾ ਸਦਮੇ ਵਿੱਚ ਪਹੁੰਚਿਆ ਇੱਕ ਨੌਜਵਾਨ ਬੱਚੀ ਜਿਹਦੇ ਨਾਲ ਪਹਿਲਾਂ ਇਸ ਤਰ੍ਹਾਂ ਦੀ ਕਦੇ ਕੋਈ ਤਕਲੀਫ ਨਹੀਂ ਸੀ ਅਚਾਨਕ ਆਵਾਜ਼ ਦਾ ਬੰਦ ਹੋ ਜਾਣਾ ਬਹੁਤ ਵੱਡੀ ਗੱਲ ਸੀ ਆਪਣੇ ਵੱਲੋਂ ਬੋਲਣ ਦਾ ਯਤਨ ਕਰਦੀ ਪਰ ਆਵਾਜ਼ ਨਹੀਂ ਸੀ ਨਿਕਲਦੀ ਇਹਨਾਂ ਨੇ ਉਸੇ ਸਮੇਂ ਡਾਕਟਰਾਂ ਕੋਲ ਜਾਣਾ ਸ਼ੁਰੂ ਕੀਤਾ ਜਿੱਥੋਂ ਜਿੱਥੋਂ ਤੱਕ ਬਾਅਦ ਚੱਲੀ ਚਾਹੇ ਉਹ ਲੁਧਿਆਣੇ ਗਏ ਪਟਿਆਲੇ ਚੰਡੀਗੜ੍ਹ ਗਏ ਇਹਨਾਂ ਨੇ ਆਪਣੇ ਵੱਲੋਂ ਪੂਰਾ ਯਤਨ ਕੀਤਾ ਪਰ ਡਾਕਟਰਾਂ ਨੇ ਹੌਸਲਾ ਦਿੱਤਾ ਪਰ ਚਲੋ ਜਿਹੜੀ ਆਵਾਜ਼ ਅਨੇਕਾਂ ਯਤਨ ਕਰਨ ਦੇ ਨਾਲ ਇਹ ਆ ਨਾ ਸਕੀ ਅਚਾਨਕ ਇਹਨਾਂ ਨੇ ਸੁਣਿਆ ਸੀ ਕਿਉਂਕਿ ਅਸਲ ਸੋਸ਼ਲ ਮੀਡੀਆ 'ਤੇ ਗੱਲਾਂ ਚੱਲਦੀਆਂ ਵੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਇੱਥੋਂ ਬਹੁਤ ਐਸੇ ਜੋ ਮਰੀਜ਼ ਹਨ ਠੀਕ ਹੋਏ ਹਨ ਅਤੇ ਇਹ ਪਰਿਵਾਰ 24 ਤਰੀਕ ਨੂੰ 24/3/2024 ਨੂੰ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਿਆ ਬਹੁਤ ਲੰਮੀਆਂ ਲਾਈਨਾਂ ਸਨ ਉੱਥੇ ਪਰਿਵਾਰ ਦੇ ਦੱਸਣ ਅਨੁਸਾਰ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਲਗਭਗ 2-3 ਘੰਟੇ ਦਾ ਸਮਾਂ ਲੱਗਿਆ ਲਾਈਨ ਵਿੱਚ ਲੱਗ ਕੇ ਮੱਥਾ ਟੇਕਣ ਵਾਸਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਸਾਰੇ ਪਰਿਵਾਰ ਨੇ ਅਰਦਾਸ ਕੀਤੀ ਬੱਚੀ ਸਮੇਤ ਔਰ ਮਹਾਰਾਜ ਜੀ ਦੀ ਐਸੀ ਕਲਾ ਵਾਪਰੀ ਉਹ ਅਰਦਾਸ ਕਰਨ ਤੋਂ ਬਾਅਦ ਕੜਾ ਪ੍ਰਸਾਦ ਦੀਆਂ ਦੇਗਾਂ ਤੋਂ ਉਪਰੰਤ ਜਦੋਂ ਗੇਟ ਤੋਂ ਬਾਹਰ ਨਿਕਲੀ ਤਾਂ ਬੱਚੀ ਦੀ ਆਵਾਜ਼ ਵਾਪਸ ਆਈ ਅਤੇ ਬੱਚੀ ਬੋਲਣ ਲੱਗ ਪਈ ਇਹ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਵਡਿਆਈ ਹੈ ਜਿਸ ਸਮੇਂ ਜਿਸ ਤਰੀਕੇ ਦੇ ਨਾਲ ਉਹਨੇ ਦੇਣੀ ਹੈ ਅਤੇ ਅੱਜ ਇਹ ਸਾਰਾ ਪਰਿਵਾਰ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਨਿਰਮਲ ਸਿੰਘ ਮੈਨੂੰ 30 ਸਾਲ ਇੱਥੇ ਗੁਰਦੁਆਰਾ ਸਾਹਿਬ ਸੇਵਾ ਨਿਭਾਉਂਦਿਆਂ ਗੁਰਦੁਆਰਾ ਹਾਂ ਦਾ ਨਾਰਾ ਸਾਹਿਬ ਲੰਮੇ ਸਮੇਂ ਤੋਂ ਮੈਂ ਸੇਵਾ ਨਿਭਾ ਰਿਹਾ ਇਹ ਪਰਿਵਾਰ ਗੁਰੂ ਘਰ 'ਤੇ ਅਥਾਹ ਸ਼ਰਧਾ ਰੱਖਦਾ ਅਤੇ ਅੱਜ ਇਸ ਪਰਿਵਾਰ ਵੱਲੋਂ ਇਸੇ ਸ਼ੁਕਰਾਨੇ ਦੇ ਤਹਿਤ ਜਿੱਥੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਕੀਰਤਨ ਦੀ ਸੇਵਾ ਹੋਈ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਲੰਗਰਾਂ ਦੀ ਸੇਵਾ ਦੋਸਤ ਰਿਸ਼ਤੇਦਾਰ ਮਿੱਤਰ ਇਕੱਠੇ ਹੋਏ ਹਨ ਅਤੇ ਉੱਥੇ ਅਸੀਂ ਗੁਰੂ ਮਹਾਰਾਜ ਜੀ 'ਤੇ ਸਾਡਾ ਹੋਰ ਵੀ ਭਰੋਸਾ ਵਧਿਆ ਬੇਸ਼ੱਕ ਉਹ ਸਥਾਨ ਬਾਰੇ ਡਿੱਠੇ ਸਭੇ ਥਾਮ ਨਹੀਂ ਤੁਦਜਿਆ ਵਧੋ ਪੁਰਖ ਵਧਾਤੇ ਤਾਤੂ ਸੋਇਆ ਉਸ ਗੁਰੂ ਰਾਮਦਾਸ ਜੀ ਦੇ ਮਹਾਰਾਜ ਜੀ ਦੇ ਘਰੋਂ ਇਹ ਸਭ ਕੁਝ ਵਾਪਰਿਆ ਅੱਜ ਇਹ ਪਰਿਵਾਰ ਉਹ ਬੱਚੀ ਸਾਡੇ ਵਿਚਕਾਰ ਮੌਜੂਦ ਹੈ ਬੇਟੀ ਸਾਡੀ ਪੰਜ ਛੇ ਭਰਾਵਾਂ ਦੀ ਕੋਈ ਬੇਟੀ ਬਹੁਤ ਜ਼ਿਆਦਾ ਬਸ ਪਰਮਾਤਮਾ ਨੇ ਸ਼ੁਕਰਗੁਜ਼ਾਰ ਕਰਦੇ ਹਾਂ ਠੀਕ ਹਾਂਜੀ ਬਹੁਤ ਜ਼ਿਆਦਾ ਕੋਈ ਡਾਕਟਰ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਪਰਮਾਤਮਾ ਨੇ ਬਿਲਕੁਲ ਠੀਕ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਸਾਡੀ ਬੇਟੀ ਠੀਕ ਹੋ ਗਈ ਹੈ ਦਰਬਾਰ ਸਾਹਿਬ ਜਾ ਕੇ ਹਾਂਜੀ ਬਹੁਤ ਹਾਂਜੀ ਸਾਰੇ ਡਾਕਟਰਾਂ ਦਿਖਾ ਚੁੱਕੇ ਸੀਗੇ ਕੋਈ ਕੁਛ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀਗਾ ਬਸ ਸਾਨੂੰ ਆਪਾਂ ਪਰਮਾਤਮਾ 'ਤੇ ਭਰੋਸਾ ਸੀਗਾ ਉਹਨੇ ਠੀਕ ਕੀਤਾ ਬਹੁਤ ਖੁਸ਼ੀ ਹੋਈ ਸਾਨੂੰ